ਬੋਲਦੇ ਫਿਰਦੇ ਨੇ, ਉਹ ਇੱਕ ਆਇਆ ਹੋਇਆ ਹੁਣ ਉਹ ਉਧਰੋਂ ਆਇਆ ਆਪਣਾ ਉੱਥੋਂ ਭਲੱਥ ਵਾਲੇ ਪਾਸਿਓਂ, ਉਹ ਇੱਥੇ ਆ ਕੇ ਤੁਰਿਆ ਫਿਰਦਾ ਲੈ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਤੜਕੀ। ਉਹ ਕਦੇ ਕਿਸੇ ਪਾਰਟੀ 'ਚ ਕਦੇ 6 ਪਾਰਟੀਆਂ ਬਦਲਣੀਆਂ, 6 ਹੁਣ ਤਾਂ ਦੂਹਰ ਕਰਦਾ ਫਿਰਦਾ। ਮੈਂ ਦੂਜੀ ਵਾਰੀ ਕਾਂਗਰਸ 'ਚ ਆਇਆ, ਜੇ ਆਪਾਂ ਤਵੀਆਂ ਨਾਲ ਦੂਹਰ ਨਹੀਂ ਕਰਦੇ, ਹੁਣ ਦੂਹਰ ਕਰਦਾ ਫਿਰਦਾ। ਅਤੇ ਉਹ ਗੋਲਡੀ ਨੂੰ ਦੱਸੀ ਜਾਂਦਾ ਕਿ ਪਾਰਟੀਆਂ ਨਹੀਂ ਬਦਲਦੀਆਂ ਹੁੰਦੀਆਂ, ਤੂੰ ਬੋਲੇਂਗਾ? ਇਹ ਤਾਂ ਐਂ ਲੱਗਦਾ ਜਿਵੇਂ ਉਸਾਮਾ ਬਿਨ ਲਦੇਨ ਮੋਮਬੱਤੀਆਂ ਦਾ ਮਾਰਚ ਕੱਢਦਾ, ਉਹ ਵੀ ਸ਼ਾਂਤੀ ਰੱਖਣੀ ਹੈ, ਉਹ ਬੋਲੀ ਜਾਂਦੇ। ਦੱਸੋ ਉਹ ਭਰਾ ਮੇਰੇ, ਉਹ ਮੈਂ ਤਾਂ ਹੈਰਾਨ ਹਾਂ ਇੰਨਾ ਚਿਰ ਕਾਂਗਰਸ 'ਚ ਕਿਵੇਂ ਕੱਟ ਗਿਆ ਇਹ। ਮੈਂ ਵਿਧਾਨ ਸਭਾ 'ਚ ਪੁੱਛਿਆ ਸੀ, ਮੈਂ ਕਿਹਾ ਕਿਹੜੀ ਪਾਰਟੀ 'ਚ ਅੱਜ ਕੱਲ੍ਹ, ਮੈਂ ਕਿਹਾ ਇੱਧਰ ਜੇ ਇਕੱਲਾ ਜੀ ਬੈਠਾ ਹੈ, ਕਾਂਗਰਸ 'ਚ ਹੈ ਨਹੀਂ। ਸੋ ਵੀਰੋ ਇਹ 3-4 ਇਹੋ ਜਿਹੇ ਨੇ ਪੰਜਾਬ ਕੋਲੇ ਜਿਹਨਾਂ ਨੂੰ ਤੜਕੇ ਜੋ ਘਰੋਂ ਨਿਕਲਦੇ ਨਾ, ਫਿਰ ਡਰਾਈਵਰ ਨੂੰ ਪੁੱਛਣਾ ਪੈਂਦਾ ਕਿਸੇ ਭੋਗ ਭੂਗ 'ਤੇ ਜਾਣ ਵੇਲੇ ਵੀ ਆਪਾਂ ਅੱਜ ਕੱਲ੍ਹ ਕਿਹੜੀ ਪਾਰਟੀ 'ਚ ਹਾਂ, ਕਿਹੜੀ ਪਾਰਟੀ ਵੱਲੋਂ ਬੋਲਣਾ, ਇਹਨੂੰ ਆਪ ਨਹੀਂ ਪਤਾ ਕਿਹੜੀ ਪਾਰਟੀ 'ਚ ਨੇ ਇਹ। ਸੋ ਵੀਰੋ ਇਹ ਤਾਂ ਉਹ ਗੱਲ ਹੋ ਗਈ, ਕਿਤੇ ਇੱਦਾਂ ਦਾ ਮਾਹੌਲ ਸੀ ਵੋਟਾਂ ਦਾ, ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗ ਗਈ, ਫੋਨ ਕੀਤਾ ਫਾਇਰ ਬ੍ਰਿਗੇਡ ਨੂੰ, ਕਹਿੰਦਾ ਜੀ ਫਲਾਨੀ ਪਾਰਟੀ ਦੇ ਦਫ਼ਤਰ 'ਚੋਂ ਬੋਲਦੇ ਹਾਂ, ਸਾਡੇ ਦਫ਼ਤਰ 'ਚ ਅੱਗ ਲੱਗ ਗਈ, ਵਿਰੋਧੀਆਂ ਦੀ ਚਾਲ ਹੈ, ਸਾਡੇ ਸਾਰੇ ਝੰਡੇ ਸਾਡੇ ਸਾਰੇ ਪੋਸਟਰ ਇਸੇ ਦਫ਼ਤਰ 'ਚ ਹੀ ਪਏ ਨੇ, ਇਹ ਤਾਂ ਸਾਰੇ ਮੱਚ ਜਾਣਗੇ, ਇਲੈਕਸ਼ਨ ਹਾਰ ਜਾਂਗੇ, ਛੇਤੀ ਛੇਤੀ ਗੱਡੀਆਂ ਭੇਜੋ ਅੱਗ ਬੁਝਾਉਣ ਵਾਲੀਆਂ। ਚਲੋ ਜੀ 5 ਮਿੰਟਾਂ ਬਾਅਦ ਉਸੇ ਬੰਦੇ ਨੇ ਫਿਰ ਫੋਨ ਕੀਤਾ ਫਾਇਰ ਬ੍ਰਿਗੇਡ 'ਚ, ਕਹਿੰਦਾ ਜੀ ਕੋਈ ਗੱਡੀ ਭੇਜਣ ਦੀ ਲੋੜ ਨਹੀਂ, ਕੋਈ ਕਹਿੰਦਾ ਕੋਈ ਅੱਗ ਬੁਝਾਊ ਯੰਤਰ ਭੇਜਣ ਦੀ ਲੋੜ ਨਹੀਂ। ਉਹ ਕਹਿੰਦੇ ਕੀ ਗੱਲ ਜੀ ਅੱਗ 'ਤੇ ਕਾਬੂ ਪਾ ਲਿਆ? ਕਹਿੰਦਾ ਨਹੀਂ ਅੱਗ 'ਤੇ ਨਹੀਂ ਕਾਬੂ ਪਾਇਆ, ਮਈ ਪਾਰਟੀ ਬਦਲ ਲਈ, ਕਹਿੰਦਾ ਹੁਣ ਉਹ ਵਿਰੋਧੀ ਪਾਰਟੀ ਦਾ ਦਫ਼ਤਰ ਹੈ, ਮੱਚਣ ਦਿਉ ਸੜਨ ਦਿਉ। ਸੋ ਇਹਨਾਂ ਦਾ ਕੋਈ ਪਤਾ ਨਹੀਂ ਭਾਈ ਕਦੋਂ ਪਾਰਟੀ ਬਦਲ ਲੈਣ। ਅਤੇ ਨਾਲੇ ਇੱਥੇ ਆ ਕੇ ਤੁਹਾਨੂੰ ਪਤਾ ਨਹੀਂ ਕਲਚਰ ਦਾ, ਅਮੀਤ ਨੇ ਕਹਿ ਤਾ 10 ਪਿੰਡਾਂ ਦੇ ਨਾਂ ਲੈ ਕੇ ਦਿਖਾ, ਕਹਿੰਦਾ ਛਾਜਲੀ, ਘਰਾਚੋਂ, ਸੰਘਰੇੜੀ, ਕੋਈ ਹੋਰ ਵੀ ਬੋਲੋ ਯਾਰ, ਫਿਰ ਕਹਿੰਦਾ ਧੂਰੀ, ਮੂਣਕ, ਸੰਗਰੂਰ। ਮੈਨੂੰ ਤਾਂ ਹੁਣ ਪਤਾ ਲੱਗਿਆ ਸੰਗਰੂਰ ਵੀ ਪਿੰਡ ਹੈ, ਸੁਨਾਮ ਪਿੰਡ ਹੈ, ਧੂਰੀ ਵੀ ਪਿੰਡ ਹੈ। ਲੈ ਦੱਸ 10 ਪਿੰਡਾਂ ਦੇ ਨਾਂ ਨਹੀਂ ਬੋਲਣੇ ਆਉਂਦੇ, ਆ ਗਏ ਤੁਸੀਂ ਇੱਥੇ ਸਾਡੇ ਲੋਕਾਂ ਦਾ, ਸਾਡੇ ਮੇਰੇ ਮਾਲਵੇ ਵਾਲਿਆਂ ਦਾ ਤੁਸੀਂ ਟੈਸਟ ਲੈਣ। ਸੋ ਵੀਰੋ ਦੋਨੇ ਹੱਥ ਖੜ੍ਹੇ ਕਰਕੇ ਅੱਜ ਦੱਸ ਦਿਉ ਕਿ ਅਸੀਂ ਆਪਣੇ ਧੀਆਂ ਪੁੱਤਾਂ ਦੇ ਨਾਲ ਹਾਂ, ਸਭ ਤੋਂ ਵੱਡੀ ਕੁਰਸੀ ਤੁਹਾਡੇ ਪੁੱਤ ਕੋਲ ਹੈ, ਸ਼ਹੀਦ ਊਧਮ ਸਿੰਘ ਕਾਲਜ ਦੇ ਸਟੂਡੈਂਟ ਕੋਲ ਹੈ, ਮੇਰੇ ਨਾਨਕੇ ਨੇ ਇੱਥੇ, ਸੋ ਸਭ ਤੋਂ ਵੱਡੀ ਕੁਰਸੀ ਆਪਣੇ ਕੋਲ ਹੈ, ਪੂਰੇ ਦੁਨੀਆ 'ਚ ਮੰਨੀ ਜਾਂਦੀ ਹੈ ਕੁਰਸੀ ਇਹ, ਔਰ ਸਾਰੇ ਦੇਸ਼ ਦੇ ਵਿੱਚ ਕਹਿੰਦੇ ਆ ਭਗਵੰਤ ਮਾਨ ਆ ਜੇ, ਕੇਜਰੀਵਾਲ ਆ ਜੇ। ਸੋ ਵੀਰੋ ਦੋਨੇ ਹੱਥ ਉੱਪਰ ਖੜੇ ਕਰਕੇ ਇੱਕ ਨਾਰਾ ਲਾ ਕੇ ਦੱਸ ਦਿਓ ਕਿ ਤੁਸੀਂ ਸਾਡੇ ਨਾਲ ਹੋ, ਇਨਕਲਾਬ। ਥੋੜ੍ਹਾ ਜਿਹਾ ਹੋਰ ਉੱਚੀ, ਇੱਥੇ ਹੀ ਫਿਰਦਾ ਹੋਣਾ, ਉਹਨੂੰ ਕਿਹੜਾ ਪਿੰਡਾਂ ਦਾ ਪਤਾ ਕਿਤੇ ਇੱਧਰ ਹੀ ਫਿਰਦਾ ਹੋਣਾ। ਲੈ ਉਹਨੂੰ ਸ਼ਰਤ ਲਾ ਲਓ, ਤੁਸੀਂ ਸ਼ਰਤ ਲਾ ਲਓ, ਮੈਂ ਕਹਿੰਦਾ ਚਲੋ ਅੰਦਰਲੇ ਭਾਈ ਕੀ ਪਿਸ਼ੌਰ ਹੋਣੀ ਤਾਂ ਫਿਰ ਅੰਦਰ ਨੇ। ਲੈ ਉਹਨੂੰ ਐਂ ਕਰਦੇ ਹਾਂ, ਗੋਬਿੰਦਗੜ੍ਹ ਖੋਖਰ ਛੱਡਿਆ ਉਹਨਾਂ ਨੂੰ ਇਕੱਲੇ ਨੂੰ, ਉਹਨੂੰ ਕਹਿ ਬਿਨਾਂ ਨੈਵੀਗੇਸ਼ਨ ਲਾਏ ਸੰਗਰੂਰ ਪਹੁੰਚ ਕੇ ਦਿਖਾ। 10 ਬੰਦਿਆਂ ਨੂੰ ਪੁੱਛੂ, ਬਾਈ ਜੀ ਸੰਗਰੂਰ ਜਾਣਾ ਸੀ, ਕਿੱਧਰ ਨੂੰ ਜਾਂਦੀ ਹੈ ਰਾਹ? ਭਾਈ ਕੀ ਪਿਸ਼ੌਰ ਤਾਂ ਫਿਰ ਅੰਦਰ ਹੈ, ਪਾਪੜੇ ਬੱਲਰੇ ਤਾਂ ਦੂਰ ਨੇ, ਉਹ ਭੂਲਣ ਠਸਕਾ ਤਾਂ ਬਾਹਲੀ ਦੂਰ ਨੇ, ਉਹ ਇੱਧਰਲੇ ਪਾਸੇ ਸਮੁੰਦਗੜ੍ਹ ਛੰਨਾ, ਆਹ ਇੱਧਰਲੇ ਪਾਸੇ ਸਾਡੇ ਪੰਡੋਰੀ ਸਾਹਿਬ ਦੇ ਜਿਹੜੇ ਪਿੰਡ, ਇਹ ਤਾਂ ਬਹੁਤ ਦੂਰ ਨੇ, ਆਹ ਸ਼ਾਦੀ ਹਰੀ, ਆਹ ਰਾਇਤ ਰਾਣਾ, ਇਹਦਾ ਨਾਂ ਤਾਂ ਅੰਗਰੇਜ਼ੀ 'ਚ ਲਿਖ ਕੇ ਵੀ ਦੇ ਦੀਏ ਤਾਂ ਵੀ ਨਹੀਂ ਪੜ੍ਹੇ ਜਾਣੇ ਉਹ ਤੋਂ। ਐਂ ਕਰਨਾ ਚਾਹੁੰਦੇ ਤੁਸੀਂ ਸਾਡੇ ਸੰਗਰੂਰਾਂ ਨੂੰ? ਅਸੀਂ ਸਮਝਦੇ ਹਾਂ ਵੀ ਅਸੀਂ ਪਾ ਦੇਣੇ ਉਹਨੇ ਅਸੀਂ ਵੋਟ। ਸੋ ਵੀਰੋ ਇਨਕਲਾਬੀ ਸੋਚ ਦੇ ਮਾਲਕੋ, ਬਸ ਇਸ ਵਾਰ ਮਾਣ ਰੱਖੋ, ਇੱਜ਼ਤ ਰੱਖੋ, ਮੈਂ ਤੁਹਾਡਾ ਕੰਮ 1 ਜੂਨ ਨੂੰ ਖਤਮ ਹੋ ਜੂਗਾ,
ਤੁਸੀਂ 1 ਜੂਨ ਨੂੰ ਫਰਜ਼ ਨਿਭਾ ਦੋਗੇ, ਉਹ ਤੋਂ ਬਾਅਦ ਫਰਜ਼ ਨਿਭਾਉਣ ਦੀ ਵਾਰੀ ਮੇਰੀ ਹੋਊਗੀ, ਮੇਰੀ ਟੀਮ ਦੀ ਹੋਊਗੀ ਮੇਰੇ ਤੇ। ਜੇ ਨਾ ਸੁਨਾਮ ਦਾ ਨਹੀਂ ਪੂਰੇ ਪੰਜਾਬ ਦਾ ਜੇ ਅਸੀਂ ਵਿਕਾਸ ਕਰਕੇ ਐਸਾ ਪੰਜਾਬ ਰੰਗਲਾ ਪੰਜਾਬ ਬਣਾਤਾ, ਜੇ ਨਾ ਬਣਾਇਆ ਮੈਨੂੰ ਨੀਵੇਂ ਥਾਂ ਬਿਠਾ ਲਿਓ, ਕਿਉਂਕਿ ਮੈਂ ਸੱਚ ਬੋਲਦਾ, ਮੈਂ ਦਿਲੋਂ ਸੱਚ ਬੋਲਦਾ।